ਅਸਲਾਮ ਵਾਲੇਕੁਮ ਜੀ ਪੀਆਰ ਪਰਿਸਤਿਕਲ ਐਂਡ ਆਦਾਬ ਮੈਂ ਹਾਂ ਤੁਹਾਡਾ ਆਪਣਾ ਹਾਂ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾੜੇ ਵਾਲਾ ਰੇਡੀਓ ਸਾੜੇ ਵਾਲਾ ਆਕਲੈਂਡ ਨਿਊਜ਼ੀਲੈਂਡ ਤੋਂ ਤੁਸੀਂ ਇਹ ਰਿਪੋਰਟ ਦੇਖ ਰਹੇ ਹੋ ਇਹ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਗੁਰਦੁਆਰਾ ਸ੍ਰੀ ਪਹਿਲੀ ਪਾਸ਼ਾਈ ਚ ਪੰਜਾ ਸਾਹਿਬ ਤੋਂ ਹਸਨ ਅਬਦਾਲ ਤੋਂ ਜਿੱਥੇ ਕਿ ਵਿਸਾਖੀ ਦਾ ਇਕੱਠ ਹੋਣ ਲਈ ਜਾ ਰਿਹਾ ਹੈ ਪੂਰੀ ਦੁਨੀਆ ਦੇ ਵਿੱਚ ਕਰੋਨਾ ਦੀ ਮਹਾਮਾਰੀ ਹੈ ਕਰੋਨਾ ਵਾਇਰਸ ਫੈਲਿਆ ਹੋਇਆ ਹੈ ਲੇਕਿਨ ਵੀ ਆਰ ਵੈਰੀ ਥੈਂਕਫੁਲ ਟੂ ਗਵਰਨਮੈਂਟ ਆਫ ਪਾਕਿਸਤਾਨ ਕਿ ਉਹਨਾਂ ਨੇ ਸਿੱਖ ਸੰਗਤ ਨੂੰ ਮੇਲਾ ਜੋੜਨ ਦੀ ਜਿਹੜੀ ਹੈ ਮੁਕੰਮਲ ਐਸਓਪੀ ਦੇ ਤਹਿਤ ਇਜਾਜ਼ਤ ਦਿੱਤੀ ਹੈ ਕਿ ਜਿਹਦੇ ਵਿੱਚ ਸਿਰਫ ਔਰ ਸਿਰਫ ਬਾਬਾ ਗੁਰਨਾਨਕ ਦੇ ਸ਼ਰਦਾਲੂ ਜਿਹੜੇ ਨੇ ਉਹ ਈਸਟ ਪੰਜਾਬ ਚੋਂ ਜਿਹੜਾ ਕਿ ਪੂਰਾ ਸਾਲ ਵੇਟ ਕਰਦੇ ਨੇ ਆਪਣੀਆਂ ਖੇਤੀਆਂ ਪੂਰੀਆਂ ਕਰਕੇ ਆਪਣੀਆਂ ਫਸਲਾਂ ਵੱਢ ਕੇ ਤੇ ਉਸ ਤੋਂ ਬਾਅਦ ਇੰਤਜ਼ਾਰ ਕਰਦੇ ਨੇ ਕਾਦਾ ਖਾਲਸਾ ਸਜਨਾ ਦੇਵਿਸ ਦਾ ਔਰ ਨਾਲ ਹੀ ਨਾਲ ਵਿਸਾਖੀ ਦਾ ਤੇ ਸਾਡੇ ਨਾਲ ਜੁੜੇ ਹੋਏ ਨੇ ਇਸ ਵੇਲੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁਖ ਸੇਵਾਦਾਰ ਸਰਦਾਰ ਸਤਵੰਤ ਸਿੰਘ ਜੀ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਕਿ ਕੀ ਕੀ ਤਿਆਰੀਆਂ ਕੀਤੀਆਂ ਹੋਈਆਂ ਨੇ ਔਰ ਆਉਣ ਵਾਲੀ ਸੰਗਤ ਜਿਹੜੀ ਹੈ ਉਹਨੂੰ ਕਿਸ ਤਰੀਕੇ ਨਾਲ ਜੀ ਆਇਆਂ ਨੂੰ ਕਿਹਾ ਜਾ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਵੰਤ ਜੀ हां जी ਜਿਵੇਂ ਕਿ ਅੱਜ ਜੀ ਨੇ ਕਿਹਾ ਕਿ ਸਾਡੇ ਕੁਲ ਸੰਗਤ ਸਾ ਖਾਲਸਾ ਸਾਜਨਾ ਦਿਵਸ ਵਿੱਚ ਇਸ ਮੌਕੇ ਤੇ ਉਤੇ ਪਾਕਿਸਤਾਨ ਦਰਸ਼ਕ ਦੇਦਾਰ ਕਰਨ ਵਾਸਤੇ ਆ ਰਹੇ ਨੇ ਇਸ ਮੌਕੇ ਦੇ ਉਤੇ ਮੈਂ ਸਭ ਤੋਂ ਪਹਿਲਾਂ ਤੇ ਪਾਕਿਸਤਾਨ ਗਵਰਨਮੈਂਟ ਦਾ ਵੀ ਧੰਨਵਾਦੀ ਹਾਂ ਕਿ ਕਰੋਨਾ ਦੀ ਮਹਾਮਾਰੀ ਤੋਂ ਬਾਵਜੂਦ ਵੀ ਇਹਨਾਂ ਨੇ ਸਿੱਖ ਕੌਮ ਦੇ ਉਤੇ ਇੱਕ ਵਾਰ ਫਿਰ ਇੱਕ ਇਹਿਸਾਨ ਕਰ ਦਿੱਤਾ ਔਰ ਸਾਡੇ ਸਿੱਖ ਇੰਡੀਅਨ ਸਿੱਖ ਯਾਤਰੀਆਂ ਨੂੰ ਲਗਭਗ 1100 ਯਾਤਰੀਆਂ ਨੂੰ ਵੀਜ਼ਾ ਦੇ ਕੇ ਪਾਕਿਸਤਾਨ ਆਣ ਦੀ ਇਜਾਜ਼ਤ ਦਿੱਤੀ ਹੈ ਸਿੱਖ ਕੌਮ ਵਾਸਤੇ ਬੜੀ ਖੁਸ਼ੀ ਦਾ ਮੌਕਾ ਹੈ ਔਰ ਜਿਸ ਤਰ੍ਹਾਂ ਕਿ ਪਿਛਲੇ ਸਾਲ ਅਸੀਂ ਖਾਲਸਾ ਸਾਜਨਾ ਦਿਵਸ ਨਹੀਂ ਮਨਾ ਸਕੇ ਇਸ ਵਾਰ ਅਸੀਂ ਬੜੇ ਪਿਆਰ ਸਤ ਸਦਕਾਰ ਨਾਲ ਅਸੀਂ ਖਾਲਸਾ ਸਾਜਨਾ ਦਿਵਸ ਮਨਾਵਾਂਗੇ ਜਿਦੇ ਵਿੱਚ ਸਾਡੇ ਲਗਭਗ 1106 ਸੰਗਤ ਆਏਗੀ ਉਹਦੇ ਵਾਸਤੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਕੇ ਸਾਰੇ ਇੰਤਜ਼ਾਮਾਤ ਮੁਕੰਮਲ ਹੋ ਚੁੱਕੇ ਨੇ ਜਿਦੇ ਵਿੱਚ ਲੰਗਰ ਦੀ ਹੈ ਜਾਂ ਕਮੇਡੀਸ਼ਨ ਹੈ ਜਾਂ ਮੇਨਟੇਨੈਂਸ ਦੀ ਜਿਹੜੀ ਵੀ ਚੀਜ਼ਾਂ ਹੈਗੀਆਂ ਨੇ ਇਸ ਤੋਂ ਇਲਾਵਾ ਹੈਲਥ ਡਿਪਾਰਟਮੈਂਟ ਦੇ ਵਗੈਰਾ ਜਿਨੇ ਵੀ ਇੰਤਜ਼ਾਮਾਤ ਨੇ ਔਰ ਖਾਸ ਕਰਕੇ ਅਸੀਂ ਐਨਸੀਯੂਸੀ ਨੇ ਜਿਹੜੀ ਸਾਨੂੰ ਹਦਾਇਤ ਦਿੱਤੀ ਹੈ ਸਾਨੂੰ ਜਿਹੜੀ ਡਾਇਰੈਕਸ਼ਨ ਦਿੱਤੀ ਹੈ ਕੋਵਿਡ ਕਰਕੇ ਉਹਦੇ ਐਸਐਮਓਪੀਜ਼ ਦੇ ਮੁਤਾਬਿਕ ਵੀ ਅਸੀਂ ਸੰਗਤਾਂ ਨੂੰ ਇਸ ਤੇ ਫੈਸਿਲਿਟੇਟ ਕਰਾਂਗੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ 12 ਤਾਰੀਖ ਨੂੰ ਅਸੀਂ ਵਾਗਾ ਬਾਰਡਰ ਰਾਈ ਸਿਕ ਸੰਗਤਾਂ ਨੂੰ ਇੱਥੇ ਰਿਸਿਵ ਕਰਕੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਲੈ ਕੇ ਆਵਾਂਗੇ ਔਰ ਇਹ ਜਿਹੜਾ ਖਾਲਸਾ ਸਚਨਾ ਦਿਵਸ ਹੈ ਬੜੇ ਪਿਆਰ ਤੇ ਸ਼ਰਧਾ ਨਾਲ ਅਸੀਂ ਮਨਾਵਾਂਗੇ ਜੀ ਵੀਰ ਜੀ ਐਸਓਪੀ ਦੇ ਤਹਿਤ ਜਿਸ ਤਰ੍ਹਾਂ ਕਿ ਆਉਣ ਵਾਲੇ ਜਿਹੜੇ ਮਹਿਮਾਨ ਨੇ ਉਹਨਾਂ ਨੂੰ ਕੀ ਕੀ ਇhtਿਆਤ ਕਰਨੀ ਚਾਹੀਦੀ ਹੈ ਔਰ ਜਦੋਂ ਉੱਥੋਂ ਨਿਕਲਣ ਕੇ ਪਾਕਿਸਤਾਨ ਦੇ ਹਦੂਦ ਚ ਦਾਖਲ ਹੋਣਗੇ ਤਾਂ ਡੈਫੀਨੇਟਲੀ ਪਾਕਿਸਤਾਨ ਦੇ ਜਿਹੜੀ ਗਵਰਨਮੈਂਟ ਹੈ ਉਹਨਾਂ ਨੇ ਇੱਕ ਐਸਓਪੀ ਲਾਗੂ ਕੀਤੀ ਹੋਈ ਹੈ ਜਿਹਦੀ وجہ ਨਾਲ ਲੋਕਲ ਸਿੱਖ ਸੰਗਤ ਜਿਹੜੀ ਹੈ ਐਸ ਪਰ ਰਿਕੁਆਇਰਮੈਂਟ ਜਿਹੜੇ ਬਹੁਤ ਇੰਤਹਾਈ ਅਹਿਮ ਲੋਗ ਨੇ ਉਹਨਾਂ ਨੂੰ ਸ਼ਾਮਲ ਹੋਣ ਦਾ ਇਜਾਜ਼ਤ ਮਿਲੀ ਹੈ ਤੇ ਬਾਕੀ ਸੰਗਤ ਜਿਹੜੀ ਹੈ ਮੰਨ ਤੇ ਸਾਰਿਆਂ ਦਾ ਕਰਦਾ ਹੈ ਤੇ ਤੁਸੀਂ ਕੀ ਪੇਗਾਮ ਦੇਣਾ ਚਾਹੋਗੇ ਸਭ ਤੋਂ ਪਹਿਲੇ ਐਸਓਪੀ ਦੇ ਮੁਤਾਬਕ ਅਸੀਂ ਗੱਲ ਕਰੀਏ ਆਂ ਇੰਡੀਅਨ ਸਿੱਖ ਯਾਤਰੀਆਂ ਨੂੰ 72 ਘੰਟੇ ਪਹਿਲੇ ਇੱਕ ਕੋਵਿਡ ਦਾ ਟੈਸਟ ਹੋਣਾ ਲਾਜ਼ਮੀ ਆ ਔਰ ਵਾਗਾ ਬਾਰਡਰ ਰਾਈ ਚੈੱਕ ਕਰਕੇ ਉਹਨਾਂ ਨੂੰ ਇੱਥੇ ਆਣ ਦੇਣ ਦੀ ਇਜਾਜ਼ਤ ਮਿਲੇਗੀ ਔਰ ਜਦੋਂ ਗੁਰਦੁਆਰਾ ਸਾਹਿਬ ਆਣਗੇ ਐਸਓਪੀ ਦੇ ਮੁਤਾਬਕ ਅਸੀਂ ਉਹਨਾਂ ਨੂੰ ਰੱਖਾਂਗੇ ਜਿੱਥੇ ਗੱਲ ਹੁੰਦੀ ਹੈ ਲੋਕਲ ਯਾਤਰੀਆਂ ਦੀ ਤੇ ਸਭ ਨੂੰ ਇਹ ਚੀਜ਼ ਦਾ ਪਤਾ ਹੈ ਕਿ ਇੰਡੀਅਨ ਸਿੱਖ ਯਾਤਰੀਆਂ ਦਾ ਜ਼ਿਆਦਾ ਹੱਕ ਵੀ ਆ ਉਹ ਸਾਡੇ ਗੈਸਟ ਵੀ ਨੇ ਔਰ ਕਰੋਨਾ ਦੀ ਮਹਾਮਾਰੀ ਦੀ وجہ ਨਾਲ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਸਾਡੀ ਲੋਕਲ ਯਾਤਰੀ ਨੇ ਉਹ ਇਸ ਵਿਸਾਖੀ ਦੇ ਉੱਤੇ ਮਤਲਬ ਆਣ ਦੀ ਕਿਛੜ ਨਾ ਕਰ ਕਿਉਂਕਿ ਕਰੋਨਾ ਜ਼ਿਆਦਾ ਹਰ ਇਨਸਾਨੀ ਆਪਣੀ ਸਿਹਤ ਦਾ ਵੀ ਖਿਆਲ ਰੱਖਣਾ ਹੈ ਔਰ ਜਿੰਨੀ ਜਨਾ ਜਥਾ ਆਏਗਾ ਉਹਦੇ 10 ਦਿਨ ਦਾ ਵੀਜ਼ਾ ਸੀ ਰੱਖਿਆ ਹੋਇਆ ਹੈ ਔਰ ਇਸ 10 ਦਿਨਾਂ ਵਿੱਚ ਸਾਡੀ ਕੋਸ਼ਿਸ਼ ਹੈ ਕਿ ਜਿਹੜੀ ਮੌਜੂਦਾ ਪੰਜ ਸੇਬੀ ਸੰਗਤ ਉਹ ਇੱਥੇ ਇਹਨਾਂ ਸਿੱਖ ਯਾਤਰੀ ਦੀ ਸੇਵਾ ਕਰਨ ਔਰ ਫਿਰ ਇਹ ਯਾਤਰਾ ਜਿਹੜੇ ਸਿੱਖ ਨੇ ਉਹ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵੀ ਜਾਣਗੇ ਨਨਕਾਣਾ ਸਾਹਿਬ ਵੀ ਜਾਣਗੇ ਕਰਤਾਰਪੁਰ ਸਾਹਿਬ ਵੀ ਜਾਣਗੇ ਦੋ ਦੋ ਤਿੰਨ ਤਿੰਨ ਦਿਨ ਦਾ ਉਹਨਾਂ ਦਾ ਉੱਥੇ ਵੀ ਸਟੇ ਹੈ ਤੇ ਮੌਜੂਦਾ ਜਿੱਥੇ ਦੀ ਸੰਗਤ ਹੋਏਗੀ ਉੱਥੇ ਉਹਨਾਂ ਦੀ ਦਰਸ਼ਨ ਦੀਦਾਰੇ ਵੀ ਕਰ ਸਕਣਗੇ ਔਰ ਕੋਸ਼ਿਸ਼ ਇਹ ਹੁੰਦੀ ਹੈ ਕਿ ਪਹਿਲਾ ਜਿਨ੍ਹਾਂ ਦਾ ਹੱਕ ਹੈ ਇਹਨਾਂ ਨੂੰ ਬੜੇ ਚਾਹਤ ਅਰਦਾਸਾ ਕਰਕੇ ਉਹਨਾਂ ਨੂੰ ਵੀਜ਼ੇ ਮਿਲਦੇ ਨੇ ਸਾਡਾ ਹੱਕ ਬਣਦਾ ਹੈ ਕਿ ਇੱਥੇ ਇਹਨਾਂ ਨੂੰ ਫੈਸਿਲਿਟੇਟ ਕਰੀਏ ਕਿਉਂਕਿ ਨਾਰਮਲ ਆਪ ਜੀ ਨੂੰ ਪਤਾ ਹੈ ਗਵਰਨਮੈਂਟ ਪਾਕਿਸਤਾਨ ਦਾ ਸਿੱਖ ਦੇ ਅਹਿਸਾਨ ਹੈ ਸਭ ਕੁਝ ਉਹਨਾਂ ਨੇ ਆਪਣੇ ਸ਼ਰਾਂ ਦੇ ਉੱਤੇ ਬੰਦ ਕਰਕੇ ਸਿੱਖਾਂ ਨੂੰ ਇੱਕ ਮੌਕਾ ਦਿੱਤਾ ਹੈ ਤੇ ਫਿਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪ ਕੰਟਰੋਲ ਕਰੀਏ ਔਰ ਇੰਡੀਅਨ ਸਿੱਖ ਯਾਤਰੀ ਨੂੰ ਇਹ ਮੌਕਾ ਦਈਏ ਬਹੁਤ ਜੀ ਲੋਕਾਂ ਦੇ ਸਵਾਲ ਸਨ ਬਹੁਤ ਜ਼ਿਆਦਾ ਸਾਰੇ ਲੋਕ ਕੁਐਸਚਨ ਕਰ ਰਹੇ ਸੀ ਤੁਸੀਂ ਬੜੇ ਖੁੱਲੇ ਪੱਧਰ ਤੇ ਖੋਲ ਕੇ ਦੱਸ ਦਿੱਤਾ ਹੈ ਕਿ ਵੀ ਆਖਿਰ ਰੀਜ਼ਨ ਕੀ ਹੈ ਜਿਹਦੀ ਵਜ੍ਹਾ ਨਾਲ ਲੋਕਲ ਸਿੱਖ ਸੰਗਤ ਨੂੰ ਜਾਂ ਨਾਨਕ ਨਾਮ ਲੈਵਾ ਜਿਹੜੇ ਨੇ ਉਹਨਾਂ ਨੂੰ ਇਸ ਵੇਲੇ ਰੋਕਿਆ ਗਿਆ ਕਿਉਂਕਿ ਇੱਕ ਇੱਕ ਗੱਲ ਹੋਰ ਵੀ ਹੈ ਕਿ ਆਪਾਂ ਪਾਕਿਸਤਾਨ 'ਚ ਰਹਿੰਦੇ ਆਂ ਜੇ ਤੁਸੀਂ ਪਾਕਿਸਤਾਨ ਦੇ ਵਿੱਚ ਰਹਿੰਦੇ ਹੋ ਤੇ ਆਪਾਂ ਕਿਸੇ ਵੇਲੇ ਵੀ ਦਰਸ਼ਨ ਕਰ ਸਕਦੇ ਆ ਬਾਅਦ ਵਿੱਚ ਕੋਈ ਪਾਬੰਦੀ ਨਹੀਂ ਹੈ ਦੂਰ ਦੂਰ ਤੋਂ ਲੋਕ ਆਉਂਦੇ ਵੀ ਨੇ ਔਰ ਮਤਲਬ ਕਿ ਨਿਹਾਲ ਹੁੰਦੇ ਨੇ ਦਰਸ਼ਨਾ ਦੇ ਨਾਲ ਤੇ ਗੁਰੂ ਘਰ ਤੇ ਮਤਲਬ ਸੰਗਤ ਆਸਤੇ ਤਾਂ ক্লোਜ਼ ਨਹੀਂ ਹੁੰਦਾ ਕੈਜੂਅਲੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਲੇਕਿਨ ਵਿਸਾਖੀ ਵਾਸਤੇ ਖਾਲਸਾ ਸਜਨਾ ਦੇ ਵਿੱਚ ਤੇ ਉਤੇ ਸਪੈਸ਼ਲੀ ਜਦੋਂ ਇੰਨੀ ਦੂਰੋਂ ਸੰਗਤ ਜਿਹੜੀ ਬੈਠੀ ਹੈ ਜਿਹੜੀ ਕਿ ਲਾਸਟ ਈਅਰ ਵੀ ਨਹੀਂ ਆ ਸਕੀ ਯਾਨੀ ਕਿ ਦੋ ਸਾਲ ਹੋਣ ਲੱਗੇ ਨੇ ਤੇ ਦੋ ਸਾਲ ਬਾਅਦ ਉਹਨਾਂ ਨੇ ਆ ਕੇ ਹਾਜ਼ਰੀਆਂ ਭਰਨੀਆਂ ਨੇ ਤੇ ਇੰਨਾ ਹੀ ਗੱਲਾਂ ਨਾਲ ਮੈਂ ਤੁਹਾਡੇ ਤੋਂ ਇਜਾਜ਼ਤ ਚਾਹਾਂਗਾ ਔਰ ਨਾਲ ਦੀ ਨਾਲ ਅਸੀਂ ਤੁਹਾਨੂੰ ਅਪਡੇਟ ਦਿੰਨੇ ਆ ਕਿ ਇੱਥੇ ਚੱਲ ਕੀ ਰਿਹਾ ਕਿਸ ਤਰ੍ਹਾਂ ਕਿਸ ਤਰੀਕੇ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿ ਆਉਣ ਵਾਲੀ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ